ਅਸੀਂ ਪਾਣੀਆਂ ਦੇ ਮਸਲਿਆਂ ਤੇ ਕਾਂਗਰਸੀਆਂ ਨੂੰ ਸਵਾਲ ਪੁੱਛਣ ਚੱਲੇ ਸੀ ਸ਼ਾਹਕੋਟ ਜਿਮਨੀ ਚੋਣ ਦੇ ਵਿੱਚ, ਸਾਨੂੰ ਮੌਕੇ ਰੋਕ ਕੇ ਫੜ ਲਿਆ ਗਿਆ ਕਿ ਸਾਡਾ ਇੰਨਾ ਵੀ ਹੱਕ ਨਹੀਂ ਰਿਹਾ ਲੋਕਾਂ ਦਾ, ਵੀ ਆਪਦੇ ਹੱਕ ਜਿਹੜੇ ਹੱਕੀ ਗੱਲਾਂ ਕਰਨ ਦਾ ਵੀ ਸਾਨੂੰ ਹੱਕ ਨਹੀਂ ਹੈਗਾ। ਤੁਸੀਂ ਦੇਖ ਲਓ ਵੀ ਕਿੰਨੀਆਂ ਮੱਛੀਆਂ ਮਾਰੀਆਂ ਗਈਆਂ ਕੈਮੀਕਲ ਪੰਜਾਬ ਦੇ, 40 ਸਾਲ ਹੋ ਗਏ ਪੰਜਾਬ ਦੇ ਪਾਣੀਆਂ 'ਚ ਕੈਮੀਕਲ ਪੈਂਦੇ ਨੂੰ। ਅਸੀਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਵੀ ਇਹ ਘੱਟੋ ਘੱਟ ਸਾਰੇ ਲੋਕ ਇਸ ਗੱਲ ਨੂੰ ਉੱਠ ਕੇ ਸ਼ਾਹਕੋਟ ਦੇ ਲੋਕਾਂ ਨੂੰ ਘੇਰ ਕੇ ਸਵਾਲ ਪੁੱਛਣਾ ਚਾਹੀਦੇ ਆ। ਅਸੀਂ ਫੜੇ ਗਏ ਆ ਪਰ ਸ਼ਾਹਕੋਟ ਕਰਦਾ ਮਨਾਲੀ ਲੋਕ ਮਰਦਿਆ ਪਾਣੀ ਨਾਲ, ਉਹ ਪਾਣੀ ਰਾਜਸਥਾਨ ਤੱਕ ਜਾ ਪਹੁੰਚਿਆ। ਇਹ ਸਵਾਲ ਨੇ ਸਾਡੇ ਜਿਹਨਾਂ ਲਈ ਜ਼ਿੰਮੇਵਾਰ ਕੌਣ ਤੁਸੀਂ ਮੰਨਦੇ? ਸਰਕਾਰ ਹੈ ਹੁਣ ਮੌਜੂਦਾ, ਸ਼ਰਨੇ ਦੀ ਕੁੜੀ ਹੈ, ਚੱਡੇ ਦੀ ਨੂੰਹ ਹੈ, ਇਹਦੇ ਕਰਕੇ ਬਚ ਰਹੀ ਹੈ। ਓ ਪੀ ਸੋਨੀ ਦਾ ਬਿਆਨ ਹੈ, ਓ ਪੀ ਸੋਨੀ ਦੀ ਸਟੇਟਮੈਂਟ ਹੈ, ਸਾਨੂੰ ਇੰਡਸਟਰੀ ਚਾਹੀਦੀ ਹੈ, ਕਾਰਖਾਨੇ ਚਾਹੀਦੇ ਹੈ, ਪੰਜਾਬ ਦੇ ਲੋਕ ਮਾਰਨੇ ਆ, ਕਾਰਖਾਨੇ ਪਿਆਰੇ ਹੋ ਗਏ। ਇਹਨਾਂ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਸਰਕਾਰ ਸਾਰੇ ਲੜੇ ਪਏ ਆ, ਵੱਡੀਆਂ ਵੱਡੀਆਂ ਧਨਾੜ ਬੰਦੇ ਨੇ ਜਿਹੜੇ ਕਾਰਪੋਰੇਟ ਧਨਾਣੇ ਨੇ, ਉਹਨਾਂ ਦੀਆਂ ਫੈਕਟਰੀਆਂ ਜਿਹੜਾ ਕਾਰਵਾਈ ਤਾਂ ਨਹੀਂ ਹੋ ਰਹੀ, ਵੱਡੇ ਵੱਡੇ ਰੱਖ ਲਿਆ।